मुख्यमंत्री अरविंद केजरीवाल जी ने साडे पंजाब दे चीफ मिनिस्टर वास्ते बहुत गलत भाषा यूज की, जिहड़ी उन्हें यह शब्दावली वरती है उहदे वास्ते उन्हूं माफ़ी मंगनी चाहिए। जिहड़े सीएम ने चरणजीत चन्नी उन्होंने केजरीवाल नूं काला अंग्रेज भी कह दिता सी। ਕਿਹੜੀ ਏਡੀ ਮਜਬੂਰੀ ਆ ਗਈ ਉਹਨਾਂ ਦੀ ਕਿ ਭਗਵੰਤ ਮਾਨ ਨੂੰ ਹੀ ਉਹਨਾਂ ਨੂੰ ਚੁਣਨਾ ਪਿਆ ਜਦ ਇਹਨਾਂ ਦੇ ਕੋਲੇ ਆਮ ਆਦਮੀ ਪਾਰਟੀ ਕੋਲੇ ਕੋਈ ਚਿਹਰਾ ਹੀ ਨਹੀਂ ਹੈ। ਕੇਜਰੀਵਾਲ ਦੇ 11 ਐਮਐਲਏ ਕਾਂਗਰਸ 'ਚ ਆ ਗਏ ਤੇ ਫਿਰ ਪਾਰਟੀ ਚੰਗੀ ਕਿਹੜੀ ਹੋਈ? ਇਹ ਡਰਾਮੇਬਾਜ਼ੀਆਂ ਕਰਦਾ ਹੈ, ਇਹ ਦੋ ਮੂੰਹਾਂ ਸੱਪ ਆ। ਹੁਣ ਰਾਘਵ ਚੱਡਾ ਚਲਿਆ ਗਿਆ, ਉਹਨੇ ਕਹਿ ਦਿੱਤਾ ਵੀ ਨਜਾਇਜ਼ ਮਾਈਨਿੰਗ ਹੋ ਰਹੀ ਤੇ ਨਜਾਇਜ਼ ਹੋ ਰਹੀ ਹੈ। ਇਹ ਬਿਲਕੁਲ ਸ਼ਰੇਆਮ ਝੂਠ ਬੋਲਦੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਕਰੋਲ ਪੰਜਾਬ ਦੇ ਨਾਲ ਜੁੜਿਓ ਤੁਸੀਂ, ਮੈਂ ਹਾਂ ਸੌਰਵ ਅਰੋੜਾ। ਵਿਧਾਨ ਸਭਾ ਚੋਣਾਂ ਦਾ ਜਿਹੜਾ ਡੰਕਾ ਵੱਜ ਚੁੱਕਾ ਹੈ ਅਤੇ ਉਮੀਦਵਾਰ ਨੇ ਆਪਣੇ ਆਪਣੇ ਚੋਣ ਪ੍ਰਚਾਰ ਕਰ ਰਹੇ ਨੇ ਅਤੇ ਅੱਜ ਜਿਹੜੇ ਗਿੱਲ ਹਲਕੇ ਦੇ ਨੇ ਕੁਲਦੀਪ ਸਿੰਘ ਵੈਦ, ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ। ਪੁੱਛਦੇ ਹਾਂ ਕਿ ਕਾਹਦੀ ਪ੍ਰੈਸ ਕਾਨਫਰੰਸ ਰੱਖੀ ਸੀ? ਵੈਦ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ, ਕੀ ਮੁੱਦਾ ਸੀ? ਮੇਰੀ ਪਹਿਲਾਂ ਤਾਂ ਸਾਰੇ ਸਾਡੇ ਸ਼ਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਵਾਸਤੇ ਬਹੁਤ ਗਲਤ ਭਾਸ਼ਾ ਯੂਜ ਕੀਤੀ ਸੀ, ਬੇਈਮਾਨ ਤੱਕ ਲਫ਼ਜ਼ ਯੂਜ ਕਰ ਦਿੱਤਾ। ਮੈਨੂੰ ਬਹੁਤ ਦੁੱਖ ਲੱਗਿਆ ਕਿ ਯਾਰ ਕੇਜਰੀਵਾਲ, ਅਸੀਂ ਉਸ ਦੀ ਇੱਜ਼ਤ ਕਰਦੇ ਹਾਂ, ਚੀਫ ਮਿਨਿਸਟਰ ਆ, IRS ਅਫਸਰ ਆ, ਪੜ੍ਹਿਆ ਲਿਖਿਆ, ਜਿਹੜੀ ਉਹਨੇ ਇਹ ਸ਼ਬਦਾਵਲੀ ਵਰਤੀ ਆ ਉਹਦੇ ਵਾਸਤੇ ਉਹਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਵੈਦ ਸਾਹਿਬ, ਜਿਹੜੇ CM ਨੇ ਚਰਨਜੀਤ ਚੰਨੀ, ਉਹਨਾਂ ਨੇ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਵੀ ਕਹਿ ਦਿੱਤਾ ਸੀਗਾ। ਕਾਲਾ ਅੰਗਰੇਜ਼ ਕਹਿਣਾ ਜਾਂ ਮੈਨੂੰ ਤੁਸੀਂ ਕਾਲਾ ਪੰਜਾਬੀ ਕਹਿ ਦਿਓ, ਇਹ ਵੱਖਰੀ ਗੱਲ ਹੈ। ਕਿਸੇ ਨੂੰ ਬੇਈਮਾਨ ਕਹਿਣਾ ਇਹ ਬਹੁਤ ਮਾੜੀ ਗੱਲ ਹੈ। ਕੇਜਰੀਵਾਲ ਸਾਹਿਬ ਨੇ ਦੇ ਭਨੋਈਏ ਨੇ 130 ਕਰੋੜ ਰੁਪਏ ਦੀ ED ਵਿੱਚ ਰੇਡ ਹੋਈ, ਫੜੇ ਗਏ, ਉਹਨਾਂ ਦਾ ਮੁੰਡਾ ਫੜਿਆ ਗਿਆ। ਕੇਜਰੀਵਾਲ ਸਾਹਿਬ ਨੇ ਉਦੋਂ ਪ੍ਰੈਸ ਕਾਨਫਰੰਸ ਕਰਕੇ ਬੜਾ ਰੌਲਾ ਪਾਇਆ ਸੀ, ਵੈਂਡੈਟਾ। ਉਹ ਜਿਹੜੇ ਪੈਸੇ ਸੀ ਉਹ ਕੇਜਰੀਵਾਲ ਸਾਹਿਬ ਦੇ ਹੀ ਸੀ, ਉਹ ਕਿਸੇ ਗੈਰ ਬੰਦੇ ਦੇ ਨਹੀਂ ਸੀ। ਇਹ ਮੈਂ ਤਾਂ ਲਫ਼ਜ਼ ਕਹਿ ਰਿਹਾ ਕਿ ਅਗਰ ਕਿਸੇ ਚੀਫ ਮਿਨਿਸਟਰ ਦੇ ਰਿਸ਼ਤੇਦਾਰ 'ਤੇ ਜਾਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ, ਤੁਸੀਂ ਚੀਫ ਮਿਨਿਸਟਰ ਨੂੰ ਤਾਂ ਨਹੀਂ ਰਿਸਪੋਂਸੀਬਲ ਠਹਿਰਾਉਂਦੇ? ਅਸੀਂ ਕੇਜਰੀਵਾਲ ਨੂੰ ਤਾਂ ਕਿਤੇ ਨਹੀਂ ਮੈਂ ਬਿਆਨ ਦਿੱਤਾ ਵੀ ਉਹ ਪੈਸੇ ਕੇਜਰੀਵਾਲ ਦੇ ਸੀ। ਕਹਿੰਦੇ ਰਾਘਵ ਚੱਡਾ ਨੇ ਜਦੋਂ ਖੱਡ 'ਤੇ ਜਾ ਕੇ ਰੇਡ ਕੀਤੀ ਸੀ ਕਿ ਨਜਾਇਜ਼ ਚੱਲਦੇ ਸੀ, ਅਤੇ ਉਦੋਂ ਚਰਨਜੀਤ ਚੰਨੀ ਵੀ ਪਹੁੰਚੇ ਸੀ, ਇੱਕ ਦੋ ਦਿਨਾਂ ਬਾਅਦ ਉੱਥੇ ਗਏ ਸੀ, ਪਰ ਉਹਨਾਂ ਨੇ ਉੱਥੇ ਜਾ ਕੇ ਕਹਿ ਦਿੱਤਾ ਸੀਗਾ ਕਿ ਕੋਈ ਇੱਦਾਂ ਦੇ ਗੱਲ ਨਹੀਂ ਹੋ ਰਹੀ। ਬਿਲਕੁਲ, ਇਹਦੇ 'ਚ ਕੋਈ ਦੋਰਾਵਾਂ ਨਹੀਂ ਹੈ, ਕੋਈ ਨਜਾਇਜ਼ ਮਾਈਨਿੰਗ ਨਹੀਂ ਸੀ ਹੋ ਰਹੀ। ਜਿਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਨੇ ਕੰਟਰੈਕਟ ਦਿੱਤਾ ਹੋਇਆ ਉਹ ਬੰਦੇ ਮਾਈਨਿੰਗ, ਉਹਨਾਂ ਨੂੰ ਅਲਾਊਡ ਆ, ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਹੋਏ ਆ, ਉਹ ਕਰ ਰਹੇ ਸੀ। ਇਹ ਰਾਘਵ ਚੱਡਾ ਉੱਥੇ ਜਾ ਕੇ, ਇਹ ਤਾਂ ਜੀ ਨਜਾਇਜ਼, ਰਾਘਵ ਚੱਡਾ ਦੇ ਕਹਿਣ ਨਾਲ ਤਾਂ ਨਜਾਇਜ਼ ਨਹੀਂ ਕਿਹਾ ਜਾ ਸਕਦਾ ਵੀ ਰਾਘਵ ਚੱਡਾ ਚਲਿਆ ਗਿਆ, ਉਹਨੇ ਕਹਿ ਦਿੱਤਾ ਵੀ ਨਜਾਇਜ਼ ਮਾਈਨਿੰਗ ਹੋ ਰਹੀ ਤਾਂ ਨਜਾਇਜ਼ ਹੋ ਰਹੀ ਹੈ। ਇਹ ਬਿਲਕੁਲ ਸ਼ਰੇਆਮ ਝੂਠ ਬੋਲਦੇ ਨੇ, ਇਹ ਗਲਤ ਬੋਲਦੇ ਨੇ, ਇਹ ਘਟੀਆ ਸ਼ਬਦਾਵਲੀ ਯੂਜ਼ ਕਰਦੇ ਨੇ। ਪਰ ਭਗਵੰਤ ਮਾਨ ਨੇ ਵੀ ਇੱਕ ਬੜੇ ਇਲਜ਼ਾਮ ਲਾਏ ਆ ਕਿ ਜਿਹੜੇ 100 ਦਿਨ ਪੂਰੇ ਕੀਤੇ ਆ ਚੰਨੀ ਨੇ ਅਤੇ 111 ਦਿਨ ਪੂਰੇ ਹੋਏ ਆ ਕਿ ਵੱਡੇ ਵੱਡੇ ਵਾਅਦੇ ਕਰਤੇ, ਕੋਈ ਵਾਅਦਾ ਨਹੀਂ ਪੂਰਾ। ਮੈਂ ਇੱਕ ਪੰਜਾਬ ਦੇ ਲੋਕਾਂ ਨੂੰ ਸਵਾਲ ਪੁੱਛਣਾ ਚਾਹੁੰਦਾ, ਤੁਹਾਨੂੰ ਵੀ ਪੁੱਛਣਾ ਚਾਹੁੰਦਾ। ਮੈਂ ਕਰੈਕਟਰ ਅਸੈਸੀਨੇਸ਼ਨ ਨਹੀਂ ਕਰਦਾ, ਭਗਵੰਤ ਮਾਨ 'ਤੇ ਲੋਕ ਐਜ ਚੀਫ ਮਿਨਿਸਟਰ ਇਤਬਾਰ ਕਰਦੇ ਨੇ? ਇਹ ਮੈਂ ਤੁਹਾਨੂੰ ਸਵਾਲ ਕਰਦਾ। ਇਹ ਤਾਂ ਜੀ ਦੇਖੋ, ਆਉਣ ਵਾਲੇ ਚੁਣਾਵ ਹੈ ਜਿਹੜੇ 20 ਤਰੀਕ ਨੂੰ ਵੋਟਾਂ ਪੈਣਗੀਆਂ, ਉਦੋਂ ਪਤਾ ਲੱਗੂਗਾ ਜਦੋਂ 10 ਤਰੀਕ ਨੂੰ ਜਿਹੜੀਆਂ ਉਹ ਬਿਲਕੁਲ ਚੁਣਨਾ ਲੋਕਾਂ ਨੇ ਆ। ਤੁਸੀਂ ਮੈਨੂੰ ਸਵਾਲ ਪੁੱਛਿਆ ਨਾ, ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦਾ। ਤੁਹਾਨੂੰ ਪੁੱਛਦਾ ਬੇਟਾ, ਤੁਸੀਂ ਭਗਵੰਤ ਮਾਨ ਦੀ ਦੇ ਉੱਤੇ ਤੁਸੀਂ ਇਤਬਾਰ ਕਰਦੇ ਹੋ? ਦੇਖੋ ਮੈਂ ਤਾਂ ਪੋਲੀਟੀਕਲ ਬੰਦਾ, ਪਾਰਟੀ ਦਾ ਸਪੋਕਸਮੈਨ ਹੈ, MLA ਆ, ਮੈਂ ਤਾਂ ਕਹਿਣਾ ਹੀ ਆ ਕੋਈ ਇਤਬਾਰ ਨਹੀਂ ਕਰਦਾ ਭਗਵੰਤ ਮਾਨ 'ਤੇ। ਜੋ ਭਗਵੰਤ ਮਾਨ ਦੀ ਹਿਸਟਰੀ ਹੈ ਉਹ ਆਪਾਂ ਨੂੰ ਪਤਾ ਨਹੀਂ, ਲੋਕਾਂ ਨੂੰ ਨਹੀਂ ਪਤਾ। ਟੈਲੀਵਿਜ਼ਨ ਦੇ ਉੱਤੇ ਭਗਵੰਤ ਮਾਨ ਦੇ ਕਿੱਸੇ ਤੁਸੀਂ ਗੂਗਲ 'ਤੇ ਹੀ ਕੱਢ ਲਓ। ਮੈਂ ਕਦੇ ਵੀ ਕਿਸੇ ਬਾਰੇ ਨਾ ਗਲਤ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਹੁੰਦਾ। ਕਿਹੜੀ ਏਡੀ ਮਜਬੂਰੀ ਆ ਗਈ ਉਹਨਾਂ ਦੀ ਕਿ ਭਗਵੰਤ ਮਾਨ ਨੂੰ ਹੀ ਉਹਨਾਂ ਨੂੰ ਚੁਣਨਾ ਪਿਆ, ਜਦ ਲੋਕਾਂ ਨੂੰ ਪਤਾ ਕਿ ਇੱਦਾਂ ਦੇ ਆ, ਤੁਸੀਂ ਕਹਿ ਰਹੇ ਹੋ ਗੂਗਲ 'ਤੇ? ਕੇਜਰੀਵਾਲ ਸਾਹਿਬ ਕੋਲ ਤੁਸੀਂ ਅੰਦਾਜ਼ਾ ਲਾਓ ਇਹ ਕੀ ਮਜਬੂਰੀ। ਤੁਸੀਂ ਬੜਾ ਵਧੀਆ ਸਵਾਲ ਦੱਸਿਆ ਸੌਰਵ, ਜਿਸ ਪਾਰਟੀ ਦੇ 20 MLA ਚੁਣੇ ਹੋਣ, ਸਿਟਿੰਗ MLA, 1.5-2 ਲੱਖ ਇੱਕ MLA ਨੂੰ ਚੁਣਦਾ,
भी एम एल ए चुने गए हुण ते 12 उस पोलीटिकल पार्टी नूं छड के ले जाणा केजरीवाल नूं चले जाण छड के ते उह केजरीवाल दी गरंटी कित्थे है अज कित्थे है अपने हरिंदरपाल सिंह खालसा अज कित्थे है अपने मिस्टर गांधी एम पी सीगे मैंबर पार्लीमेंट सी अज कित्थे है प्रोफेसर साहब फरीदकोट तो बाकी कित्थे चले गए इन्हां दे बंदे इन्हां दे कोले आम आदमी पार्टी कोले कोई चेहरा ही नहीं है जे चेहरा हुंदा तां सरदार भगवंत सिंह मान नूं इह 4 साल पहलां अनाउंस कर दिंदा 3 साल पहलां अनाउंस कर दिंदा 2 साल इन्हां नूं कोई लभ्या ही नहीं होर इन्हां दे कोले कोई गया नहीं चलो दसो तुसीं मैनूं किहड़ा वड्डा चेहरा केजरीवाल दे नाल जाके मिले इहदे 11 एमएलए केजरीवाल दे 11 एमएलए कांग्रेस च आ गए तो फिर पार्टी चंगी किहड़ी होई इह दिल्ली दीआं गल्लां करदा आ दिल्ली च पिछले आ कुछ समय दे विच हैल्थ सिस्टम करदा इह किन्नियां मौतां हो गईआं पिछले साल सैकंड वेव दे विच 60 मौतां हो गईआं बिना ऑक्सीजन तो पंजाब च एक ऑक्सीजन तो बिना मौत नहीं हुई तो चंगा किहड़ा होया इह ड्रामेबाजियां करदा इह दो मूहा सापा हुण मैं कहना तां नहीं सी चाहुंदा पर पंजाब दे लोगों ने जरूर कहना चाहुंदा अच्छा इहनूं पुछो पंजाब दे पाणियां ते भगवंत मान का की स्टैंड है पुछो जरूर बेटा जरूर पुछो केजरीवाल तो पुछो कि पंजाब दे पाणियां ते की स्टैंड है स्वाद आऊगा फिर तां पता लगू पंजाबियों साडे किसान वीरां नूं जेलां दे विच कुट्टिया मारिया गया चक्कियां च रखिया गया इन्हां दे सरकारी वकीलां ने साडे किसान वीरां दी बेल अपोज कीती 86 साडे किसान परिवारां दी केजरीवाल देवे सवाल मैं जो तुहाडे नाल लफज बोल रहा यह 1% भी ये किसी तरह की कोई गलत क्योंकि ये सारे केस के सरबजीत कौर माणू के साड़ी छोटी भैन आम आदमी की एम एल ए वो मेरे नाल कमेटी मैंबर सी हर मीटिंग में शामिल होंदी रही है जिहड़े सुखबीर सिंह बादल है उन्होंने एक रैली सी प्रैस कॉन्फ्रेंस सी उन्होंने कहा कि भगवंत मान इन्ना चाह चढ़ गया सीएम का चेहरा अनाउंस करता कि वो उठे ही नहीं दारू ही उन्हें इन्नी बिजली नज़र ही नहीं आ रहा नहीं मैनू इहदे बारे कोई जानकारी नहीं है बिना जानकारी तो किसी बारे कोई कमेंट करना गलत हुंदा एक बोर्ड लगे है जाखड़ साहब की फोटो लगी है तो सीएम साहब की फोटो लगी है तो नवजोत सिंह सिद्धू की तो इन तिना फोटो लैके उन्होंने एक इदा का शब्द बोलता कि उन्होंने बंदर तक कहता कि जिदा गांधी के 3 बंदर होंगे सी कहिंदे वो तिना की फोटो लाती सुखबीर सिंह बादल का कहना देखो जिहड़े साडे लीडर ने ना यह सरदार सुखबीर सिंह बादल पंजाब दे 10 साल उप मुख्यमंत्री रहे मुख्यमंत्री सी शोभा नहीं दिंदियां इहो जिहियां घटिया गल्लां करनियां शोभा नहीं दिंदियां सरदार सुखबीर सिंह बादल नूं उहनां नूं इहो जिहे लफज वरतने नहीं चाहिए ते तुहाडे वल्लों पार्टी वल्लों कदों सीएम चेहरा जिहड़ा अनाउंस कर दिता जाऊगा क्योंकि ये जिहड़ी इस टाइम सीएम चेहरा नहीं अनाउंस होया ते पिछले इलैक्शनां दे विच आम आदमी पार्टी ने भी यही कुछ किया ऐलान नहीं किया इस वल्लों देखो साडी कांग्रेस की एक पॉलिसी है साडी हाई कमांड ने यह डिसाइड करना फिलहाल साडे कोले श्री सुनील जाखड़ जी सरदार चरणजीत सिंह चन्नी ते सरदार नवजोत सिंह सिद्धू हैं पार्टी की डिसीजन लैंदी है वह ज़्यादा बैटर दस सकते हैं तिना चो एक नूं सीएम दा चेहरा ऐलान कर दिता जाऊगा देखो मैं नहीं इस बारे कुछ कह सकता बट असी सोचते हाँ कि पार्टी हाई कमांड इहदे ते जरूर विचार करके सानू चीफ मिनिस्टरशिप जिहड़ी अगले बारे उहदा अनाउंसमेंट जल्दी हो जाएगी पर चरणजीत चन्नी ने कल किया प्रैस कॉन्फ्रेंस हुई तुसीं भी सुनिया होना कि मैं 3 महीने जो बहुत थक गया कहिंदे मैनूं छड्ड दो मैनूं बख्श दो उह इस करके कि तुसीं देखो ना जो बीजेपी हुण दगा कर रही है साडे नाल दगा ही कहूँगा मैं तां कि अगर प्रधानमंत्री साहब की रैली च कोई बंदा नहीं पहुँचया तो उहदे वास्ते साडी सरकार थोड़ी कसूरवार है पहला तो उन्हां बंदियां नूं मोदी साहब नूं पनिश करना चाहिए जिन्हां ने वो रैली रखवाई सानू अज तो हफ्ते का पता भी आ मोबाइल फोन दे विच आ वैदर रिपोर्ट इन्होंने वैदर रिपोर्ट नहीं वेखी इन्नी हैवी बारिश विच कौन आऊगा ठीक है ना पहला तो दिन ही गलत चूज किया गया फिर थोड़े बहुते तो बंदे उत्थे तो 700 बंदा नहीं आया एडा वड्डा वेन्यू बना लिया ये तो मोदी साहब ने एक बहानेबाजी की सानू बदनाम करन दी पंजाब नू बदनाम करन दी पंजाबियों नू कोई प्राइम मिनिस्टर ने भी कदे सिक्योरिटी थ्रैट हो सकता यार कदे हो सकता मैं तुझे दसो 700 बंदा एट ए टाइम पंजाब पुलिस का 10,000 बंदा लग्या 700 बंदा एट ए टाइम प्राइम मिनिस्टर की सिक्योरिटी च हुंदा एक लेयर दो लेयर 3 लेयर 4 5 रिंग बने हुंदे ने यह तो एक ड्रामा किया गया तुसी देख सकते हो साढ़े नाल मौजूद सीगे कुलदीप सिंह वैद तो उन्होंने नाल गलबात हुई तो केजरीवाल ते निशाने साधे गए हैं बाकी जिहड़ा आने वाला टाइम दसेगा कि किहदी सत्ता दे विच सरकार आती है
जुड़े रहो सक्रोल पंजाब के नाल, कैमरामैन पंकज शर्मा के नाल, सौरव अरोड़ा की रिपोर्ट।